ਫਿਟਨੈਸ ਲੋਕੀ ਚੀਜ਼ ਨੂੰ ਚੰਗੀ ਨੂੰ ਵੀ ਪਸੰਦ ਕਰਦੇ ਆ ਤੇ ਉਸ ਹਿਸਾਬ ਨਾਲ ਫਿਟਨੈਸ ਵਾਲੀ ਪਾਈ ਦੀਆਂ ਕਰਦੇ ਰਹੀ ਅਪਡੇਟ ਕੀ ਚਲੋ ਜੇ ਅਸੀਂ ਚੰਗੀ ਚੀਜ਼ ਕਰਦੇ ਪਏ ਤੇ ਲੋਕਾਂ ਨੂੰ ਵੀ ਪਤਾ ਲੱਗੇ ਉਹ ਵੀ ਚੀਜ਼ ਕਰਨ ਕਿ ਇੱਕ ਸਰੀਰ ਹੀ ਆ ਜਿਸ ਤੋਂ ਬਾਅਦ ਅੱਗੇ ਜਾ ਕੇ ਬੰਦਾ ਆਪਣੇ ਕੰਮ ਆਉਣਾ ਵਾ ਜਿਮ ਚਾਲੂ ਕਰਤਾ ਚੱਲ ਵੀ ਹੁਣ ਥੋੜਾ ਸਰੀਰ ਸਲੂਟ ਕਰਦੀ ਹੈ ਸੈੱਟ ਤੇ ਹੌਲੀ ਹੌਲੀ ਫਿਰ ਰਿਵਿਊਜ਼ ਹੋਣੀਆਂ ਚਾਲੂ ਕੀਤੀਆਂ ਔਰ ਰਿਵਿਊ ਵਧੀਆ ਵਧੀਆ ਮਿਲਿਆ ਮਿਲਦੇ 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 ਇੱਕ ਦੋ ਸੌਂਗ ਮਿਲ ਗਏ ਜੀ ਸੌਂਗ ਦੇ ਕਰਦੇ ਕਰਦੇ ਵਿੱਚ ਇੰਟਰਸਟ ਬਣ ਗਿਆ ਕਿ ਨਹੀਂ ਲਾਈਨ ਵਧੀਆ ਵਾ ਨਾਲੇ ਬੱਲੇ ਬੱਲੇ ਵੀ ਆ ਹਾਂ ਬਿਲਕੁਲ ਤੇ ਪੈਸਾ ਵੀ ਆ ਮੈਂ ਇੱਕ ਪਿਛੇ ਰੀਲ ਵੀ ਸ਼ੇਅਰ ਕੀਤੀ ਕਿ ਨਿੰਜੇ ਬਾਈ ਨਾਲ ਮੈਂ ਫੋਟੋ ਖਿਚਾਈ ਸੀਗੀ ਤੇ ਉਹ ਮੈਨੂੰ ਅੱਜ ਵੀ ਯਾਦ ਆ ਹੋਟਲਾਂ ਦੇ ਘਰ ਲੱਗੇ ਅਰਜੈਂਟਾ ਉਹਦੇ ਬਾਹਰ ਖੜੇ ਸੀ ਮੈਂ 3-4 ਘੰਟੇ ਖੜਾ ਰਿਹਾ ਸੀ ਕਹਿੰਦੇ ਨਿੰਜਾ ਬਈ ਆ ਤੇ ਮੁੰਡੇ ਨਾਲ ਗਲੀਆਂ ਚ ਕਰੀਜ਼ ਹੀ ਉਹਨਾਂ ਨੂੰ ਮੈਂ ਚੱਲ ਯਾਰ ਮੈਂ ਵੀ ਨਾਲ ਚੱਲਦਾ ਫੋਟੋ ਖਿਚਾ ਲਾਂਗਾ ਇੰਨਾ ਰਸ਼ ਸੀ ਤੇ ਫੋਟੋ ਆਈ ਨਹੀਂ ਪ੍ਰੋਪਰ ਕਲੀਅਰ ਜਿਵੇਂ ਕਾਫੀ ਭੀੜ ਖਲੋਤੇ ਤੇ ਮੈਥੋਂ ਆ ਗਿੱਚੀ ਬਸ ਉਸ ਤੋਂ ਬਾਅਦ ਹੁਣ ਥੋੜੇ ਦਿਨ ਹੋਏ ਉਹਨੇ ਟਾਈਮ ਬਾਅਦ ਉਹਨਾਂ ਨੇ ਕਲੈਬ ਭੇਜੀ ਮੈਨੂੰ ਕੰਪਲੀਟ ਥਰੂ ਨਿੰਜੇ ਬਈ ਨੇ ਤੇ ਬੜਾ ਵਧੀਆ ਉਦੋਂ ਮਾਨ ਕਿ ਮੈਂ ਸਨੈਪਚੈਟ ਆਪਣੀ ਮੈਮਰੀਜ਼ ਵੇਖਦਾ ਪਿਆ ਹੈਗਾ ਜੀ ਉਹ ਵੇਖਦੇ ਵੇਖਦੇ ਫੋਟੋ ਸ਼ੋ ਹੋਈ ਤੇ ਬੜਾ ਖੁਸ਼ੀ ਜੀ ਹੋਈ ਮੈਂ ਤੁਹਾਡੇ ਪਾਪਾ ਦੀਆਂ ਵੀ ਪਾਪਾ ਦੇ ਨਾਲ ਤੁਹਾਡੀਆਂ ਵੀਡੀਓਜ਼ ਸੀਗੀਆਂ ਨਾ ਕਾਫੀ ਜ਼ਿਆਦਾ ਵੀਡੀਓ ਵਾਇਰਲ ਵੀ ਹੋ ਰਹੀ ਸੀ ਮੇਰਾ ਬਚਪਨ ਤੋਂ ਪਾਪਾ ਨਾਲ ਪਿਆਰ ਬੜਾ ਕਿ ਉਹ ਛੋਟੇ ਹੁੰਦੇ ਕਿਤੇ ਵੀ ਜਾਂਦੇ ਸੀ ਜਾਂ ਕਈ ਵੀ ਸੁਸਾਇਟੀ ਜਦੋਂ ਮੈਨੂੰ ਨਾਲ ਲੈ ਕੇ ਜਾਂਦੇ ਤੇ ਕਈ ਵਾਰੀ ਲੜਾਈ ਵੀ ਹੋ ਜਾਂਦੀ ਕਿ ਯਾਰ ਤੂੰ ਆਪਣੇ ਬੱਚੇ ਨੂੰ ਨਾਲ ਦੋੜਾ ਡ੍ਰਿੰਕ ਵਗੈਰਾ ਕਰਦੇ ਜਦੋਂ ਪਾਪਾ ਕਹਿੰਦੇ ਮੇਰਾ ਬੱਚਾ ਮੈਨੂੰ ਪਤਾ ਵਿਗੜੂਗਾ ਮੇਰੇ ਨਾਲ ਵਿਗੜੂਗਾ ਨਹੀਂ ਉਹੀ ਮੈਂ ਹੁੰਦਾ ਸੁਸਾਇਟੀ ਤੋਂ ਬਾਹਰ ਰਹਿੰਦਾ ਕਿ ਬਾਹਰ ਸੰਗਤ ਚ ਮਿਲਦਾ ਸ਼ਾਇਦ ਵਿਗੜ ਜਾਂਦਾ ਕਈ ਜਣੇ ਬੈਡ ਕਮੈਂਟ ਵੀ ਕਰਦੇ ਕਿ ਪਾਪਾ ਨਾਲ ਭੰਗੜਾ ਪਾਉਂਦਾ ਬਟ ਮੈਨੂੰ ਅੱਜ ਵੀ ਯਾਦ ਆ ਮੈਂ ਚੰਡੀਗੜ੍ਹ ਗਿਆ ਸੀ ਲਾਸਟ ਟਾਈਮ ਤੇ ਉੱਥੇ ਇੱਕ ਵੀਰ ਮਿਲਿਆ ਸੀ ਤੇ ਕਹਿੰਦਾ ਤੇਰੇ ਪਾਪਾ ਦੀ ਵੀਡੀਓ ਬੜੀਆਂ ਸੋਹਣੀਆਂ ਲੱਗਦੀਆਂ ਤੇ ਮੈਨੂੰ ਪਾਪਾ ਨੇ ਘਰੋਂ ਬੇਦਖਲ ਕੀਤਾ ਕਿ ਤੇਰੀ ਵੀਡੀਓ ਵੇਖੀ ਤੇ ਮੈਨੂੰ ਬੜਾ ਚੀਕ ਕੀਤਾ ਮੇਰਾ ਰੋਣਾ ਆ ਗਿਆ ਮੈਂ ਘਰੇ ਜਾ ਕੇ ਪਾਪਾ ਨੂੰ ਸੋਰੀ ਫੀਲ ਕੀਤਾ ਉਦੋਂ ਮੈਨੂੰ ਖੁਸ਼ੀ ਵੀ ਨਾ ਹਾਂ ਵੀ ਕੋਈ ਚੀਜ਼ ਚੰਗੀ ਵੇਖ ਕੇ ਕਿ ਚਲੋ ਫੇਰ ਜੁੜਿਆ ਫੈਮਿਲੀ ਚ ਬੰਦਾ ਆਪਣਾ ਜੁੜਿਆ ਕੋਈ ਫੈਮਿਲੀ ਦੇ ਉੱਪਰ ਕੋਈ ਨਹੀਂ ਆ ਜਦੋਂ ਮਾੜਾ ਟਾਈਮ ਹੁੰਦਾ ਬੰਦੇ ਦੇ ਫੈਮਿਲੀ ਸਾਥ ਖੜਦੀ ਆ हेलो एवरीवन मैं लक्षु एक बार फिर तो हाजिर हां फिटनेस मॉडल नवी सुनियारा जी ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਅੱਛਾ ਤੁਸੀਂ ਫਿਟਨੈਸ ਮਾਡਲ ਹੋ ਹੈ ਨਾ ਤੁਹਾਡੀਆਂ ਰੀਲਸ ਬੜੀਆਂ ਜ਼ਿਆਦਾ ਵਾਇਰਲ ਹੁੰਦੀ ਹੈ ਚੱਕਰ ਬਸ ਹੈ ਕਿ ਫਿਟਨੈਸ ਲੋਕੀ ਚੀਜ਼ ਨੂੰ ਚੰਗੀ ਨੂੰ ਵੀ ਪਸੰਦ ਕਰਦੇ ਆ ਜੀ ਤੇ ਉਸ ਹਿਸਾਬ ਨਾਲ ਫਿਟਨੈਸ ਵਾਲੀ ਪਾਈ ਦੀਆਂ ਬਾਕੀ ਹਰ ਲੋਕਾਂ ਦਾ ਪਿਆਰ ਆ ਜੀ ਹਰ ਦੂਸਰੀ ਜਦੋਂ ਰੀਲ ਆਪਾਂ ਦੇਖਦੇ ਆ ਤੁਹਾਡੀ ਹੁੰਦੀ ਹੈ ਹੈ ਨਾ ਜੈਲਸੀ ਹੁੰਦੀ ਆ ਜੈਲਸੀ ਨਹੀਂ ਨਹੀਂ ਜੈਲਸੀ ਆਪਣੇ ਕਰਦੇ ਪਿਆਰ ਵੀ ਕਰਦੇ ਆ ਵਿੱਚ ਜੈਲਸੀ ਵੀ ਬੜੇ ਜਣੇ ਕਰਦੇ ਆ ਜੀ ਬਾਕੀ ਜਿਹੜੇ ਪਿਆਰ ਕਰਦੇ ਉਹਨਾਂ ਦਾ ਧੰਨਵਾਦ ਆ ਤੇ ਉਹਨਾਂ ਕਰਕੇ ਅਸੀਂ ਕਰਦੇ ਰਹੀ ਅਪਡੇਟ ਕੀ ਚਲੋ ਜੇ ਅਸੀਂ ਚੰਗੀ ਜੀ ਕਰਦੇ ਪਏ ਆ ਤੇ ਲੋਕਾਂ ਨੂੰ ਵੀ ਪਤਾ ਲੱਗੇ ਉਹ ਵੀ ਚੀਜ਼ ਕਰਨ ਜੀ ਕਿ ਇੱਕ ਸਰੀਰ ਹੀ ਆ ਜਿਸ ਤੋਂ ਬਾਅਦ ਅੱਗੇ ਜਾ ਕੇ ਬੰਦਾ ਆਪਣੇ ਕੰਮ ਆਉਣਾ ਵਾ ਜੀ ਕੋਈ ਬਿਮਾਰੀ ਤੋਂ ਬੰਦਾ ਬਚ ਸਕਦਾ ਜੇ ਆਪਣਾ ਸਰੀਰ ਫਿਟ ਹੋਊਗਾ ਬਿਲਕੁਲ ਅੱਛਾ ਤੁਸੀਂ ਫਿਟਨੈਸ ਮਾਡਲ ਹੋ ਹੈ ਨਾ ਮਾਡਲਿੰਗ ਵਾਲ ਕਦੋਂ ਮਤਲਬ ਤੁਹਾਡਾ ਇਦਾਂ ਹੋਇਆ ਕਿ ਤੁਸੀਂ ਮਾਡਲਿੰਗ ਇਹ ਬਸ ਇਦਾਂ ਕਿ ਪਹਿਲਾਂ ਸਕੂਲ ਟਾਈਮ ਤੇ ਮੈਂ ਗੇਮ ਕਰਦਾ ਹੁੰਦਾ ਸੀਗਾ ਟਾਈਕਵਾਂਡੋ ਜੀ ਤੇ ਮੈਂ ਮੁੜ ਕੇ ਥਾਈ ਬਾਕਸਿੰਗ ਏਸ਼ੀਅਨ ਪਲੇਅਰ ਆ ਜੀ ਉਸ ਤੋਂ ਬਾਅਦ ਥੋੜਾ ਫਿਟਨੈਸ ਵਾਲ ਗੇਮ ਛੱਡਤੀ ਉਹ ਚ ਆਰਮੀ ਉਰਮੀ ਦੀ ਜੋ ਵੀ ਕਰਦਿਆਂ ਨੇ ਨਹੀਂ ਕੀਤਾ ਕਹਿੰਦੇ ਕਿ ਕੱਲਾ ਕੱਲਾ ਮੁੰਡਾ ਜੀ ਜਿਵੇਂ ਅੱਜ ਕੱਲ ਚੱਲਦਾ ਇੱਥੇ ਹਾਂਜੀ ਹਾਂਜੀ ਤੇ ਉਹ ਗੇਮ ਛੱਡ ਕੇ ਮੈਂ ਜਿਮ ਚਾਲੂ ਕਰਤਾ ਚੱਲ ਵੀ ਹੁਣ ਥੋੜਾ ਸਰੀਰ ਸਲੂਟ ਕਰਦੀ ਹੈ ਸੈੱਟ ਤੇ ਹੌਲੀ ਹੌਲੀ ਫਿਰ ਰਿਵਿਊਜ਼ ਹੋਣੀਆਂ ਚਾਲੂ ਕੀਤੀਆਂ ਹਾਂਜੀ ਔਰ ਰਿਵਿਊ ਵਧੀਆ ਵਧੀਆ ਮਿਲਿਆ ਮਿਲਦੇ 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 ਇੱਕ ਦੋ ਸੌਂਗ ਮਿਲ ਗਏ ਜੀ ਸੌਂਗ ਦੇ ਕਰਦੇ ਕਰਦੇ ਵਿੱਚ ਇੰਟਰਸਟ ਬਣ ਗਿਆ ਕਿ ਨਹੀਂ ਯਾਰ ਲਾਈਨ ਵਧੀਆ ਵਾ ਨਾਲੇ ਜੀ ਬੱਲੇ ਬੱਲੇ ਵੀ ਆ ਹਾਂ ਬਿਲਕੁਲ ਤੇ ਪੈਸਾ ਵੀ ਆ ਜੀ ਅੱਛਾ ਤੁਹਾਡੀ ਮਾਡਲਿੰਗ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਮਾਡਲਿੰਗ ਦੀ ਗੱਲ ਕਰਦੇ ਜਦੋਂ ਮਾਡਲਿੰਗ ਦੀ ਸ਼ੁਰੂਆਤ ਹੋਈ ਸੀ ਹੈਨਾ ਤੁਸੀਂ ਕੀਤੀ ਸੀ ਇਸ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਤੁਹਾਡਾ ਰੁਝਾਨ ਕਿਸੇ ਹੋਰ ਤਰਫ ਸੀਗਾ ਹੈਨਾ ਤੁਸੀਂ ਕੁਝ ਹੋਰ ਕਰ ਰਹੇ ਸੀ ਬਟ ਮਤਲਬ ਪਹਿਲਾਂ ਗੇਮ ਮੈਂ ਪਲੇਅਰ ਹੀਗਾ ਜੀ ਫਿਰ ਇਸ ਤੋਂ ਬਾਅਦ ਤੁਸੀਂ ਸੋਚ ਲਿਆ ਮਾਡਲਿੰਗ ਜਾਣਾ ਹਾਂ ਬਸ ਇਦਾਂ ਜਿਵੇਂ ਫਿਲਮ ਫਿਲਮ ਵੇਖੀਦੀ ਸੀ ਕਿ ਇਹਨੂੰ ਵੇਖੀਦਾ ਕਿ ਸਿੰਗਰ ਆਰਟਿਸਟ ਵੇਖੀਦਾ ਹਾਂ ਵੀ ਵਧੀਆ ਵਾ ਲੱਗਾ ਕਿ ਮੈਂ ਬਹੁਤ ਹਾਂ ਮੈਂ ਇੱਕ ਪਿਛੇ ਰੀਲ ਵੀ ਸ਼ੇਅਰ ਕੀਤੀ ਕਿ ਨਿੰਜੇ ਬਾਈ ਨਾਲ ਮੈਂ ਫੋਟੋ ਖਿਚਾਈ ਸੀਗੀ ਤੇ ਉਹ ਮੈਨੂੰ ਅੱਜ ਵੀ ਯਾਦ ਆ ਹੋਟਲਾਂ ਦੇ ਘਰ ਲੱਗੇ ਅਰਜੈਂਟਾ ਉਹਦੇ ਬਾਹਰ ਖੜੇ ਸੀ ਮੈਂ 3-4 ਘੰਟੇ ਖੜਾ ਰਿਹਾ ਕਿ ਕਹਿੰਦੇ ਨਿੰਜਾ ਬਈ ਆ ਤੇ ਮੁੰਡੇ ਨਾਲ ਗਲੀਆਂ ਚ ਕਰੀਜ਼ ਹੀ ਉਹਨਾਂ ਨੂੰ ਮੈਂ ਚੱਲ ਯਾਰ ਮੈਂ ਵੀ ਨਾਲ ਚੱਲਦਾ ਫੋਟੋ ਖਿਚਾ ਲਾਂਗਾ ਇੰਨਾ ਰਸ਼ ਸੀ ਤੇ ਫੋਟੋ ਆਈ ਨਹੀਂ ਪ੍ਰੋਪਰ ਕਲੀਅਰ ਜਿਵੇਂ ਕਾਫੀ ਭੀੜ ਖਲੋਤੇ ਤੇ ਮੈਥੋਂ ਐ ਖਿੱਚੀ ਬਸ ਉਹ ਮੈਂ ਸ਼ੇਅਰ ਵੀ ਕੀਤੀ ਰੀਲ ਚ ਆਪਣੀ ਦੇ ਤੇ ਉਸ ਤੋਂ ਬਾਅਦ ਹੁਣ ਥੋੜੇ ਦਿਨ ਹੋਏ ਉਹਨੇ ਟਾਈਮ ਬਾਅਦ ਉਹਨਾਂ ਨੇ ਕਲੈਬ ਭੇਜੀ ਮੈਨੂੰ ਕੰਪਨੀ ਦੇ ਥਰੂ ਨਿੰਜੇ ਭਾਈ ਨੇ ਤੇ ਬੜਾ ਵਧੀਆ ਉਦੋਂ ਮਾਨ ਕਿ ਮੈਂ ਸਨੈਪਚੈਟ ਆਪਣੀ ਮੈਮਰੀਜ਼ ਵੇਖਦਾ ਪਿਆ ਹੈਗਾ ਜੀ ਉਹ ਵੇਖਦੇ ਵੇਖਦੇ ਫੋਟੋ ਸ਼ੋ ਹੋਈ ਤੇ ਬੜਾ ਖੁਸ਼ੀ ਜੀ ਹੋਈ ਤੇ ਤੁਸੀਂ ਕਿੰਨੇ ਚਿਰ ਦੇ ਫੈਨ ਤੇ ਫੈਨ ਤੇ ਚਲੋ ਸਾਰਿਆਂ ਦੇ ਹਰੇਕ ਨੂੰ ਮੈਂ ਨੋਟਿਸ ਕਰਦਾ ਜਿਵੇਂ ਕੋਈ ਇਨਫਲੂਐਂਸਰ ਕੋਈ ਨਵਾਂ ਮਿਹਨਤ ਵੀ ਕਰਦਾ ਵਾ ਕੋਈ ਵੀ ਸਕਰੋਲਿੰਗ ਕਰਦੇ ਆਪਾਂ ਇਹ ਨਹੀਂ ਜਿਹੜਾ ਟ੍ਰੈਂਡਿੰਗ ਚੱਲਦਾ ਪਿਆ ਕਈ ਵਾਰੀ ਦੂਜੇ ਵੀ ਹੁੰਦੇ ਆ ਕ੍ਰੀਏਟਰ ਜਿਹੜੇ ਹੁੰਦੇ ਸਾਰੇ ਹੁੰਦੇ ਆ ਜਿਹੜੀ ਵੀ ਚੰਗੀ ਲੱਗਦੀ ਆਪਾਂ ਉਹ ਕਰ ਲਈਦੀ ਆ ਜੀ ਤੇ ਮਤਲਬ ਤੁਸੀਂ ਨਿੰਜੇ ਨੂੰ ਉਦੋਂ ਫੋਲੋ ਕਰਦੇ ਸੁਣਦੇ ਉਹਨਾਂ ਦੇ ਗਾਣੇ
ਨਹੀਂ ਫੈਨ ਤੇ ਅਸੀਂ ਆਪਣੇ ਬੇਬੇ ਬਾਪੂ ਦੇ ਹੀ ਆ ਜੀ ਮੈਂ ਬਾਕੀ ਸਾਰੇ ਪਸੰਦ ਆ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਚੰਗੀ ਚੀਜ਼ ਹਰੇਕ ਦੀ ਵਧੀਆ ਹੁੰਦੀ ਆ ਮੈਂ ਤੁਹਾਡੇ ਪਾਪਾ ਦੀਆਂ ਵੀ ਪਾਪਾ ਦੇ ਨਾਲ ਤੁਹਾਡੀਆਂ ਵੀਡੀਓਜ਼ ਸੀਗੀਆਂ ਨਾ ਕਾਫੀ ਜ਼ਿਆਦਾ ਵੀਡੀਓ ਵਾਇਰਲ ਵੀ ਹੋ ਰਹੀ ਸੀ ਮੇਰਾ ਬਚਪਨ ਤੋਂ ਪਾਪਾ ਨਾਲ ਪਿਆਰ ਬੜਾ ਕਿ ਉਹ ਛੋਟੇ ਹੁੰਦੇ ਕਿਤੇ ਵੀ ਜਾਂਦੇ ਸੀ ਜਾਂ ਕੇਵੀ ਸੁਸਾਇਟੀ ਜਦੋਂ ਮੈਨੂੰ ਨਾਲ ਲੈ ਕੇ ਜਾਂਦੇ ਤੇ ਕਈ ਵਾਰੀ ਲੜਾਈ ਵੀ ਹੋ ਜਾਂਦੀ ਕਿ ਤੂੰ ਆਪਣੇ ਬੱਚੇ ਨੂੰ ਨਾਲ ਦੋ ਰਾਦਾ ਡਰਿੰਕ ਵਗੈਰਾ ਕਰਦੇ ਜਦੋਂ ਪਾਪਾ ਕਹਿੰਦੇ ਮੇਰਾ ਬੱਚਾ ਮੈਨੂੰ ਪਤਾ ਵਿਗੜੂਗਾ ਮੇਰੇ ਨਾਲ ਵਿਗੜੂਗਾ ਜੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਇੱਕ ਦੋ ਵਾਰੀ ਲੜਾਈ ਵੀ ਇਦਾਂ ਅੱਛਾ ਤੇ ਬੱਚੇ ਨੂੰ ਨਾਲ ਨਹੀਂ ਉਹੀ ਮੈਂ ਉਹਨਾਂ ਦੀ ਸੁਸਾਇਟੀ ਚੋਂ ਬਾਹਰ ਰਹਿੰਦਾ ਕਿ ਬਾਹਰ ਸੰਗਤ ਚ ਮਿਲਦਾ ਜੀ ਸ਼ਾਇਦ ਵਿਗੜ ਜਾਂਦਾ ਉਹਨਾਂ ਰਿਆ ਸਹੀ ਅੱਜ ਤੱਕ ਤੇ ਤੁਹਾਡੇ ਪਾਪਾ ਦੇ ਨਾਲ ਕਾਫੀ ਫਨ ਕਰਦੇ ਹੁੰਦੇ ਹੋ ਕਾਫੀ ਅੱਛਾ ਮੈਸੇਜ ਜਾਂਦਾ ਸਾਰਿਆਂ ਨੂੰ ਤੁਹਾਡੀਆਂ ਰੀਲਸ ਦੇਖ ਕੇ ਕਿ ਆਪਣੇ ਫਾਦਰ ਮਦਰ ਨਾਲ ਕਿੰਨੀ ਅਟੈਚਮੈਂਟ ਹੈ ਕਿੰਨਾ ਤੁਸੀਂ ਉਹਨਾਂ ਦੇ ক্লোਜ਼ ਹੋ ਉਹਨਾਂ ਨੂੰ ਕਿੰਨਾ ਵਧੀਆ ਲੱਗਦਾ ਹੋਣਾ ਨਾ ਕਈ ਜਣੇ ਬੈਡ ਕਮੈਂਟ ਵੀ ਕਰਦੇ ਕਿ ਪਾਪਾ ਨਾਲ ਭੰਗੜਾ ਪਾਉਂਦਾ ਬਟ ਮੈਨੂੰ ਅੱਜ ਵੀ ਯਾਦ ਆ ਮੈਂ ਚੰਡੀਗੜ੍ਹ ਗਿਆ ਸੀ ਲਾਸਟ ਟਾਈਮ ਤੇ ਉੱਥੇ ਇੱਕ ਵੀਰ ਮਿਲਿਆ ਸੀ ਜੀ ਤੇ ਕਹਿੰਦਾ ਤੇਰੇ ਪਾਪਾ ਦੀ ਵੀਡੀਓ ਬੜੀਆਂ ਸੋਹਣੀਆਂ ਲੱਗਦੀਆਂ ਤੇ ਮੈਨੂੰ ਪਾਪਾ ਨੇ ਘਰੋਂ ਬੇਦਖਲ ਕੀਤਾ ਕਿ ਤੇਰੀ ਵੀਡੀਓ ਵੇਖੀ ਤੇ ਮੇਰਾ ਬੜਾ ਚੀਜ਼ ਕੀਤਾ ਮੇਰਾ ਰੋਣਾ ਆ ਗਿਆ ਮੈਂ ਘਰੇ ਜਾ ਕੇ ਪਾਪਾ ਨੂੰ ਸੋਰੀ ਫੀਲ ਕੀਤਾ ਉਦੋਂ ਮੈਨੂੰ ਖੁਸ਼ੀ ਹੋਈ ਵੀ ਨਾ ਹਾਂ ਵੀ ਕੋਈ ਚੀਜ਼ ਚੰਗੀ ਵੇਖ ਕੇ ਕਿ ਚਲੋ ਫਿਰ ਜੁੜਿਆ ਫੈਮਿਲੀ ਚ ਬੰਦਾ ਆਪਣਾ ਜੁੜਿਆ ਕੋਈ ਫੈਮਿਲੀ ਦੇ ਉੱਪਰ ਕੋਈ ਨਹੀਂ ਹੈ ਜਦੋਂ ਮਾੜਾ ਟਾਈਮ ਹੁੰਦਾ ਬੰਦੇ ਦੇ ਫੈਮਿਲੀ ਸਾਥ ਖੜਦੀ ਹੈ ਅੱਛਾ ਸੱਚੀ ਕੰਗ੍ਰੈਚੁਲੇਸ਼ਨਸ ਫॉर ਇੰਗੇਜਮੈਂਟ ਫॉर ਥੈਂਕ ਯੂ ਜੀ ਅੱਛਾ ਤੁਹਾਡੀ ਮੈਰਿਜ ਬਾਰੇ ਗੱਲ ਕਰਦੇ ਆ ਮੈਂ ਨਾ ਤੁਹਾਨੂੰ ਥੋੜਾ ਜਿਹਾ ਐਟੀਟਿਊਡ ਬਹੁਤ ਹੈ ਨਾ ਜਿੱਦਾਂ ਮੈਂ ਨਾ ਇਹ ਜਿਹੜੇ ਮਿਲੇ ਆ ਉਹਨਾਂ ਨੂੰ ਪਤਾ ਐਟੀਟਿਊਡ ਤੇ ਹੀ ਕਦੀ ਬਤਾਇਆ ਨਹੀਂ ਮੈਨੂੰ ਮੈਂ ਫਰਸਟ ਟਾਈਮ ਮਿਲ ਰਹੀ ਆ ਬਟ ਮੈਨੂੰ ਨਹੀਂ ਹੁਣ ਨਹੀਂ ਲੱਗ ਰਿਹਾ ਨਹੀਂ ਕਈ ਵਾਰੀ ਜਦੋਂ ਮਿਲਦੇ ਆ ਨਾ ਕਈ ਦੇਖਦੇ ਕਹਿੰਦੇ ਜਿਵੇਂ ਤੈਨੂੰ ਰੀਲਸ ਦੇਖੀਦਾ ਤੂੰ ਗੁੱਸੇ ਵਾਲਾ ਲੱਗਦਾ ਗੁੱਸਾ ਬਹੁਤ ਲੱਗਦਾ ਤੇਰੇ ਚ ਪਰ ਨਹੀਂ ਇਦਾਂ ਨੇਚਰ ਨਹੀਂ ਆ ਆਪਾਂ ਜੀ ਕਹਿ ਕੇ ਬੁਲਾਉਂਦਾ ਜੀ ਕਹਿ ਕੇ ਬੁਲਾਈਦਾ ਮੈਂ ਐਟੀਟਿਊਡ ਇਸ ਲਈ ਕਹਿ ਰਹੀ ਆ ਇਹਨਾਂ ਨੂੰ ਮੈਂ ਫੋਨ ਕੀਤਾ ਮਤਲਬ ਤੁਹਾਡੇ ਕੋਈ ਸੀਗੇ ਦੋਸਤ ਜੇ ਮੈਨੂੰ ਮਿਲ ਗਏ ਨਾਲ ਤਾਂ ਨਹੀਂ ਆਏ ਕਿਤੇ ਨਹੀਂ ਨਹੀਂ ਤਾਂ ਮੈਂ ਚੰਗੀ ਤਰ੍ਹਾਂ ਖਬਰ ਲੈਣੀ ਸੀ ਉਹਨਾਂ ਦੀ ਉਹਨਾਂ ਨੂੰ ਮੈਂ ਫੋਨ ਕੀਤਾ ਤੁਹਾਡੀ ਇੰਟਰਵਿਊ ਲਈ ਉਹਨਾਂ ਨੇ ਮੈਨੂੰ ਰੀਜ਼ਨ ਦੱਸਿਆ ਵੀ ਉਹ ਹੋਟਲ ਬੁੱਕ ਕਰਵਾ ਰਹੇ ਆ ਮੈਰਿਜ ਲਈ ਜਾ ਰਹੇ ਆ ਪਤਾ ਨਹੀਂ ਕਿਹੜਾ ਸ਼ਹਿਰ ਹੁਣ ਮੈਂ ਸ਼ਹਿਰ ਕਾ ਤੋਂ ਦੱਸਣਾ ਉੱਥੇ ਜਾ ਰਹੇ ਮੈਂ ਕਿਹਾ ਮੈਂ ਉੱਥੇ ਆ ਜਾਂਦੀ ਆ ਤੇ ਉਹਨਾਂ ਨੇ ਉੱਤੇ ਵੀ ਮੈਨੂੰ ਐਦਾਂ ਹੀ ਘੁਮਾਇਆ ਕਿ ਨਹੀਂ ਜੀ ਐਦਾਂ ਤਿਆਰੀਆਂ ਪਹਿਲਾਂ ਕਰਨੀਆਂ ਪੈਣੀਆਂ ਦੱਸਣਾ ਚਾਹੁੰਦਾ ਕਿ ਮੇਰੀ ਸੇਲ ਹੈਗੀ ਆ ਨਹੀਂ ਦੀ ਠੀਕ ਹੈ ਤੁਹਾਡੀ ਚਲੋ ਹੋਣਾ ਹੈ ਤੁਹਾਡਾ ਵਿਆਹ ਤਾਂ ਹੋਣਾ ਹੈ ਨਾ ਮਤਲਬ ਠੀਕ ਹੈ ਤਾਂ ਤੁਸੀਂ ਹੋਟਲ ਬੁੱਕ ਕਰਨ ਥੋੜਾ ਨਾ ਗਏ ਸੀ ਪਰ ਇਹ ਤਾਂ ਉਹ ਜਾਣ ਕੇ ਕਹਿ ਰਹੇ ਸੀ ਨਾ ਉਹ ਮੈਂ ਮਨਾ ਕਰਦਾ ਥੋੜਾ ਬਿਜ਼ੀ ਹੈਗਾ ਪਰ ਚਲੋ ਹੁਣ ਤੁਸੀਂ ਫੋਨ ਉਸ ਬੰਦੇ ਦਾ ਕਰਾਤਾ ਅਪਰੋਚ ਹੀ ਬੜੀ ਵੱਡੀ ਕਰਤੀ ਸੀ ਨਹੀਂ ਮੈਂ ਮਤਲਬ ਮੈਂ ਆਪਣਾ ਨਾਮ ਲੈ ਲਿਆ ਸੀ ਫਿਰ ਤੁਹਾਨੂੰ ਦੇਣੀ ਪਈ ਨਹੀਂ ਚਲੋ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਮਿਲ ਕੇ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਸੀ ਜਦੋਂ ਤੁਹਾਡੀਆਂ ਰੀਲਸ ਦੇ ਵਿੱਚ ਬੈਡ ਕਮੈਂਟਸ ਆਉਂਦੇ ਆ ਹਨਾ ਹਾਂਜੀ ਹਾਂਜੀ ਕਈ ਕਹਿ ਦਿੰਦੇ ਆ ਮਤਲਬ ਤੁਹਾਡੀ ਆਪਾਂ ਦੇਖਦੇ ਆ ਕਿ ਤੁਸੀਂ ਫਿਟਨੈਸ ਦੀ ਅੱਛੀ ਅੱਛੀ ਵੀਡੀਓਜ਼ ਪਾਉਂਦੇ ਹੋ ਨਾ ਵਧੀਆ ਲੱਗਦਾ ਤੇ ਜਦੋਂ ਬੈਡ ਕਮੈਂਟ ਆਉਂਦੇ ਆ ਉਦੋਂ ਕਿਹੋ ਜਿਹਾ ਲੱਗਦਾ ਜਦੋਂ ਬੈਡ ਕਮੈਂਟ ਹੁੰਦੇ ਵਿੱਚ ਜੇ ਮੰਨ ਲਓ ਵੀ 200 ਕਮੈਂਟ ਉਹਦੇ ਵਿੱਚ 10 ਬੈਡ ਵੀ ਆ ਤੇ ਮੈਂ ਜ਼ਿਆਦਾ ਗੌਰ ਨਹੀਂ ਕਰਦਾ ਇਗਨੋਰ ਹੀ ਕਰੀਦਾ ਕਿਉਂਕਿ 190 ਵਧੀਆ ਵੀ ਆ ਜੇ ਲੋਕੀ 10 ਮਾੜਾ ਕਹਿੰਦੇ ਆ ਆ ਵੀ ਜੇ ਉਹਦੇ ਵਿੱਚ ਉਹਨਾਂ ਨੇ ਮੇਰੀ ਗਲਤੀ ਦੱਸੀ ਉਹ ਮੈਂ ਚੀਜ਼ ਚੇਂਜ ਕਰਦਾ ਸੁਧਾਰਦਾ ਬਟ ਜੇ ਐਵੇਂ ਕੋਈ ਬੋਲੀ ਜਾਊਗਾ ਫੇਕ ਆਈਡੀਆ ਹੁੰਦੀਆਂ ਗਾਲਾਂ ਕੱਢਦੇ ਆ ਤੇ ਪਹਿਲਾਂ ਮੈਂ ਹੁਣ ਜੋ ਫੈਮਿਲੀ ਫੋਨ ਵੀ ਨਾ ਪਾਉਂਦਾ ਮੈਂ ਕਮੈਂਟਰੀ ਆਫ ਕਰ ਦਿੰਦਾ ਕਿਉਂਕਿ ਨਾ ਮਾੜੀ ਸੁਣੀ ਦੀ ਨਾ ਜਰੀ ਦੀ ਠੀਕ ਹੈ ਬਿਲਕੁਲ ਅੱਛਾ ਜਦੋਂ ਤੁਸੀਂ ਦੱਸਿਆ ਸੀਗਾ ਕਿ ਨਿੰਜੇ ਦੇ ਨਾਲ ਤੁਸੀਂ ਰੀਲ ਬਣਾਈ ਸੀ ਦੂਰੋਂ ਹਨਾ ਤੇ ਜਦੋਂ ਹੁਣ ਲੋਕ ਤੁਹਾਡੇ ਕੋਲ ਆ ਕੇ ਫੋਟੋਜ਼ ਕਰਵਾਉਂਦੇ ਆ ਤੁਹਾਨੂੰ ਕਿਹੋ ਜਿਹਾ ਲੱਗਦਾ ਤੁਹਾਡੇ ਵੀ ਤਾਂ ਫੈਨ ਹੈਗੇ ਆ ਨਾ ਕਈ ਵਾਰੀ ਰਸਤੇ ਦੇ ਵਿੱਚ ਮਿਲਦੇ ਹੋਣੇ ਉਦੋਂ ਕਿਹੋ ਜਿਹਾ ਨਹੀਂ ਬਾਕੀ ਫੈਨ ਫੋਨ ਕਦੀ ਇਦਾਂ ਫੀਲਿੰਗ ਲਿਆਂਦੀ ਨਹੀਂ ਮੇਰੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਤਾ ਕਦੀ ਮੈਂ ਉਹ ਚੀਜ਼ ਫੀਲ ਨਹੀਂ ਕੀਤੀ ਕਦੀ ਕਿ ਇੱਕ ਜਿਵੇਂ ਲੈਵਲ ਹੈ ਕਿਹਦਾ ਲੱਗਦਾ ਹਾਂ ਵਧੀਆ ਫੀਲ ਹੁੰਦਾ ਹਾਂ ਵੀ ਮੇਰੀ ਕੀਤੀ ਹੈ ਜਦੋਂ ਕੋਈ ਆਂਦਾ ਹੈ ਤੇ ਫੋਟੋ ਕਰਾਂਦਾ ਹੈ ਬਿਲਕੁਲ ਬਿਲਕੁਲ ਕੋਈ ਉਹ ਗੱਲ ਨਹੀਂ ਹੈਗੀ ਨਹੀਂ ਫੀਲ ਤਾਂ ਹੁੰਦਾ ਵਧੀਆ ਫੀਲ ਹੁੰਦਾ ਹਾਂਜੀ ਹਾਂਜੀ ਉਦੋਂ ਫੀਲਿੰਗ ਆਂਦੀ ਹੈ ਕਿ ਮੈਂ ਵੀ ਕੋਈ ਮਾਡਲ ਆ ਤੇ ਮਤਲਬ ਮੇਰੀ ਵੀ ਮਤਲਬ ਅੱਛੀ ਖਾਸੀ ਮਤਲਬ ਵਧੀਆ ਉਦੋਂ ਆ ਹੁੰਦਾ ਵਾ ਕਿ ਹਾਂ ਵੀ ਜੇ ਅੱਜ ਲੋਕੀ ਫੋਟਾ ਖਿਚਾਉਂਦੇ ਹੋਰ ਮਿਹਨਤ ਕਰੀਏ ਕੱਲ ਨੂੰ ਹੋਰ ਤਾਂ ਜਾਣਾ ਮੈਂ ਤੋਂ ਜੀ ਅੱਛਾ ਨੈਕਸਟ ਆਪਾਂ ਤੁਹਾਨੂੰ ਨਵੀਂ ਹੋਰ ਕਿਸ ਪ੍ਰੋਜੈਕਟ ਵਿੱਚ ਦੇਖਾਂਗੇ ਤੁਸੀਂ ਅਸੀਂ ਤੁਹਾਨੂੰ ਸੌਂਗਸ ਤਾਂ ਦੇਖ ਲਿਆ ਕੀ ਹੁਣ ਅਸੀਂ ਤੁਹਾਨੂੰ ਐਕਟਿੰਗ ਵਿੱਚ ਵੀ ਦੇਖਾਂਗੇ ਐਕਟਿੰਗ ਲੱਗੇ ਆ ਹਲੇ ਕੋਈ ਓਪਰਚੁਨਿਟੀ ਮਿਲਦੀ ਆ ਤੇ ਜ਼ਰੂਰ ਕਰਾਂਗੇ ਅੱਛਾ ਫਿਰ ਤੁਸੀਂ ਐਕਟਿੰਗ ਵੱਲ ਜਾਓਗੇ ਤੁਹਾਨੂੰ ਮੂਵੀ ਚ ਦੇਖਾਂਗੇ ਅਸੀਂ ਬਾਕੀ ਹਲੇ ਫਿਟਨੈਸ ਵਾਲੀ ਹੋਰ ਆ ਰੋਡੀ ਸਾਲ ਦੇਖਾਂਗੇ ਜੇ ਟ੍ਰਾਇਲ ਲੱਗਾ ਤੇ ਅਸੀਂ ਤੁਹਾਡੇ ਜਿਮ ਦਾ ਵੀ ਰਾਉਂਡ ਲਗਾਵਾਂਗੇ ਤੇ ਉੱਥੇ ਵੀ ਤੁਹਾਨੂੰ ਜ਼ਰੂਰ ਜ਼ਰੂਰ ਸ਼ੋਅ ਅੱਛਾ ਆਪਣਾ ਸ਼ਡਿਊਲ ਵਿੱਚੋਂ ਮਤਲਬ ਕਿੱਦਾਂ ਟਾਈਮ ਮੈਨੇਜ ਕਰਦੇ ਹੋ ਫਿਟਨੈਸ ਲਈ ਰੀਲਸ ਲਈ ਐਵਰੀਥਿੰਗ ਹੁਣ ਤੁਹਾਡਾ ਵਿਆਹ ਵੀ ਆ ਉਹਨਾਂ ਨੂੰ ਟਾਈਮ ਦਿੰਦੇ ਹੋ ਦੇਣਾ ਪੈਂਦਾ ਉਹਦੇ ਨਹੀਂ ਤਾਂ ਮਾਦੇ ਵਿੱਚ ਸ਼ਡਿਊਲ ਬਿਜ਼ੀ ਰਹਿੰਦਾ ਟਾਈਮ ਬੰਦੇ ਨੂੰ ਵੇਖੋ ਕੱਟਣਾ ਪੈਂਦਾ ਆਪਣੇ ਲਈ ਮੇਨ ਆਪਣੇ ਲਈ ਇਹ ਜਿਮ ਆਸੇ ਮੇਨ ਆ 1-2 ਘੰਟੇ ਬੰਦਾ ਆਪਣੇ ਲਈ ਕੱਢਦੇ ਸਾਰੀ ਜ਼ਿੰਦਗੀ ਲਈ ਵਧੀਆ ਹੁੰਦੇ ਆ ਮੈਨੇਜ ਕਰਨਾ ਔਖਾ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਥੋੜਾ ਬਹੁਤਾ ਰੀਲਸ ਵੀ ਬਣਾਣੀਆਂ ਤੇ ਫੋਨ ਪਹਿਲਾਂ ਕੱਲੇ ਰੀਲਸ ਬਣਾਈ ਦੀਆਂ ਹੈਗੀਆਂ ਜਾਂ
ਤੇ ਉਹਦੇ ਕਰਕੇ ਥੋੜਾ ਆ ਜਾਂਦਾ ਤੁਹਾਡੀ ਲਵ ਮੈਰਿਜ ਆ ਕੇ ਅਰੇਂਜ ਵੈਸੇ ਤੁਸੀਂ ਪੁੱਛਣ ਨੂੰ ਮੜਾ ਕੀਤਾ ਸੀ ਜਿਹੜਾ ਮੈਨੂੰ ਕੋਈ ਕੁਐਸਚਨ ਪੁੱਛਣ ਮੜਾ ਕਰ ਮੈਂ ਅਰੇਂਜ ਬਣਾਉਣਾ ਨਾ ਇਹ ਮੇਰੀ ਆਪਣੀ ਹੈ ਨਾ ਖੁਸ਼ੀ ਆ ਮੈਂ ਰੀਲਸ ਬਣਾ ਸਾਰਿਆਂ ਨੂੰ ਲੱਗਦਾ ਲਵ ਮੈਰਿਜ ਬਟ ਨਹੀਂ ਹੈ ਅਰੇਂਜ ਆ ਮੇਰਾ ਫਰੈਂਡ ਹੈ ਉਹ ਵਿੱਚ ਵਿਚੋਲੇ ਪਏ ਹੈਗੇ ਪ੍ਰੋਪਰ ਮੈਂ ਸ਼ੁਰੂ ਤੋਂ ਘਰਦੇ ਨੂੰ ਕਿਹਾ ਘਰਦੇ ਦੀ ਮਰਜ਼ੀ ਨਾਲ ਹੀ ਕਰਾਉਣਾ ਜੀ ਰਵੇ ਸਾਰਾ ਕੁਛ ਵਧੀਆ ਤੁਸੀਂ ਟੰਗਣਾ ਚਾਹੁੰਦੇ ਮੈਨੂੰ ਛੇਤੀ ਹੈ ਨਾ ਵਿਆਹ ਦੀ ਗੱਲ ਕਦੋਂ ਹੈ ਕਿਉਂਕਿ ਤੁਸੀਂ ਤਾਂ ਹੋਟਲ ਬੁੱਕ ਕਰਵਾਉਣ ਜਾ ਰਹੇ ਸੀ ਮੈਨੂੰ ਤਾਂ ਪਤਾ ਲੱਗਾ ਨਹੀਂ ਨਹੀਂ ਉਹ ਤੇ ਉਦਾਂ ਹੀ ਕਹਿੰਦਾ ਆ ਵੀ ਝੂਠ ਬੋਲਿਆ ਸੀ ਝੂਠ ਮੈਂ ਤਾਂ ਨਹੀਂ ਤੁਹਾਨੂੰ ਜਰਾ ਕਹਿ ਦਿਓ ਕਿ ਮੈਨੂੰ ਗੱਲ ਚੰਗੀ ਨਹੀਂ ਲੱਗੀ ਠੀਕ ਹੋਈ ਨਹੀਂ ਮੈਂ ਜ਼ਰੂਰ ਕਹਾਂਗਾ ਨਹੀਂ ਵਿਆਹ ਲੈ ਪਾਵਾਂਗੇ ਗੈਪ ਪਾਵਾਂਗੇ 3-4 ਸਾਲ ਦਾ ਅੱਛਾ ਤੁਹਾਡੀ ਏਜ ਕਿੰਨੀ ਹੈ ਏਜ ਨਹੀਂ ਦੱਸੀ ਵੀ ਕਿਉਂ ਦੱਸ ਦੋ ਤੁਹਾਨੂੰ ਕੀ ਲੱਗਦਾ ਨਹੀਂ ਹੁਣ ਮੈਂ ਇਦਾਂ ਥੋੜਾ ਨਾ ਗੈਸ ਮਾਰੂੰਗੀ ਨਹੀਂ ਗੈਸ ਦੱਸੋ ਫੇਰ ਹੀ ਉਸ ਹਿਸਾਬ ਨਾਲ ਦੱਸਾਂ ਨਹੀਂ ਤੁਸੀਂ ਮੈਂ ਸਾਲੇ ਹੀ ਅਡਲਟ ਹੈ 18 ਇਅਰ ਦਾ ਹਾਂ ਇੰਨਾ ਵੀ ਛੋਟੇ ਹੈਗੇ ਆਧਾਰ ਕਾਰਡ ਵਿਖਾ ਦਾਂ ਮੈਂ ਸੱਚੀ ਹਾਂ ਅੱਛਾ ਚਲੋ ਵਧੀਆ ਕੁਝ ਯਕੀਨ ਵੀ ਕਰ ਲਿਆ ਤੇ ਨਹੀਂ ਹੁਣ ਮੈਂ ਐਕਚੁਅਲ ਏਜ ਪੁੱਛੀ ਤੁਸੀਂ ਕੀ ਦੱਸਣੀ ਨਹੀਂ ਐਕਸਸ ਹੋਨੇ ਆ ਆਪਾਂ ਕਿ ਕੁੜੀਆਂ ਨਹੀਂ ਦੱਸਦੀਆਂ ਅੱਜ ਕੱਲ ਮੁੰਡੇ ਵਿੱਚ ਫੜ ਲੱਗ ਗਿਆ ਆਪਣੀ ਏਜ ਚੱਕਰ ਨਹੀਂ 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 ਉਦਾਂ ਹੀ 24 ਓਕੇ ਤੇ ਹਲੇ 3-4 ਸਾਲ ਰੁਕਣਾ ਹਾਂਜੀ ਚਲੋ ਪਹਿਲਾਂ ਸੈੱਟ ਹੋ ਜੀ ਫੇਰ ਹੀ ਆ ਸਾ ਵਧੀਆ ਗੱਲ ਹੈ ਅੱਛੀ ਗੱਲ ਹੈ ਆਪਣੀ ਲਾਈਫ ਚ ਸਕਸੈਸ ਲੋ ਵਧੀਆ ਵਧੀਆ ਕਰੋ ਤੇ ਫਿਰ ਜਾ ਕੇ ਵਿਆਹ ਵੀ ਕਰਾਓ ਵਿਆਹ ਵੀ ਵਧੀਆ ਹੁੰਦਾ ਬਿਲਕੁਲ ਚਲੋ ਠੀਕ ਹੈ ਬੈਸਟ ਵਿਸ਼ੇਸ ਤੁਹਾਡੇ ਲਈ ਤੇ ਤੁਹਾਡਾ ਮਿਲ ਕੇ ਬੜਾ ਵਧੀਆ ਲੱਗਾ ਥੈਂਕ ਯੂ ਸਤਿ ਸ਼੍ਰੀ ਅਕਾਲ